ਖਬਰ ਪੰਜਾਬ ਦੀ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ ਅਸੀਂ ਇਸ ਵੇਲੇ ਪੁੱਜੇ ਹਾਂ ਅਜਨਾਲੇ ਦੇ ਪਿੰਡ ਸ਼ੇਖ ਪੱਟੀ ਜਿੱਥੇ ਕਿ ਅੱਜ ਜਿਹੜੀ ਸ਼ਖਸੀਅਤ ਨਾਲ ਤੁਹਾਨੂੰ ਅਸੀਂ ਮਿਲਾਨ ਜਾ ਰਹੇ ਹਾਂ ਉਹ ਕਿਸੇ ਪਹਿਚਾਨ ਦੀ ਜਾਂ ਕਿਸੇ ਇੰਟਰੋਡਕਸ਼ਨ ਦੀ ਮਹਤਾਜ ਨਹੀਂ ਪਰ ਫਿਰ ਵੀ ਜਿਹੜੀ ਇੱਕ ਰਸਮੀ ਇੰਟਰੋਡਕਸ਼ਨ ਹੈ ਉਹ ਕਰਵਾਨੀ ਜ਼ਰੂਰੀ ਬੰਦੀ ਹੈ ਇਸ ਲਈ ਤੁਹਾਨੂੰ ਅੱਜ ਅਸੀਂ ਮਿਲਾਨ ਜਾ ਰਹੇ ਹਾਂ ਸਰਦਾਰ ਬਲਵਿੰਦਰ ਸਿੰਘ ਪਖੋਕੇ ਸਰਦਾਰ ਬਲਵਿੰਦਰ ਸਿੰਘ ਪਖੋਕੇ ਹੀ ਨਹੀਂ ਬਲਕਿ ਕਹਿ ਸਕਦੇ ਹਾਂ ਗਰੀਬਾਂ ਦਾ ਮਸੀਹਾ ਕਿਉਂਕਿ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਜਿਹੜੀਆਂ ਸੰਗਤਾਂ ਨੇ ਉਹ ਉਹਨਾਂ ਦੇ ਇੱਕ ਹੋ ਕੇ ਤੇ ਗਰੀਬਾਂ ਦੀ ਮਦਦ ਲਈ ਇਸ ਤਰ੍ਹਾਂ ਤਿਆਰ ਹੋ ਜਾਂਦੇ ਨੇ ਜਿਵੇਂ ਕਿ ਰੱਬ ਦਾ ਹੁਕਮ ਹੋਵੇ ਤੇ ਉਸੇ ਚੇਨ ਨੂੰ ਬਰਕਰਾਰ ਰੱਖਦੇ ਆਂ ਲੜੀ ਨੂੰ ਬਰਕਰਾਰ ਰੱਖਦੇ ਆਂ ਅੱਜ ਅਸੀਂ ਇਸ ਸ਼ੇਖ ਪੱਟੀ ਪਿੰਡ ਵਿੱਚ ਪੁੱਜੇ ਆਂ ਜਿੱਥੇ ਕਿ ਬਾਬਾ ਸੰਤੋਖ ਸਿੰਘ ਜੀ ਪੱਟੀ ਸਾਹਿਬ ਜਿਨ੍ਹਾਂ ਦਾ ਡੇਰਾ ਨਿਹੰਗ ਸਿੰਘ ਪਰਿਵਾਰ ਆ ਦੋਤਰੇ ਪੋਤਰੇ ਸਾਰੇ ਅਗਰ ਗਿਣ ਲਈਏ ਤਾਂ 100 ਤੋਂ ਉੱਤੇ ਨਿਹੰਗ ਜਿਹੜਾ ਉਹ ਘਰ ਦਾ ਬੰਦਾ ਤੇ ਅੱਜ ਅਸੀਂ ਉਹਨਾਂ ਦੇ ਪਿੰਡ ਉਹਨਾਂ ਦੀ ਨੂ ਰਾਣੀ ਜਿਹੜੀ ਕਿ ਹੈਂਡੀਕੈਪ ਹੈ ਪੈਰ ਤੋਂ ਜਿਹੜੀ ਉਹਨੂੰ ਪ੍ਰੋਬਲਮ ਹੈ ਚੱਲ ਫਿਰ ਨਹੀਂ ਸਕਦੀ ਤੇ ਉਹਨਾਂ ਦਾ ਇੱਕ ਹੋਕਾ ਲਾਇਆ ਸੀ ਸਰਦਾਰ ਬਲਵਿੰਦਰ ਸਿੰਘ ਪਖੋਕੇ ਵੱਲੋਂ ਸੰਗਤ ਨੂੰ ਕਿ ਜਿਹੜੀ ਇੱਕ ਟਰਾਈਸਾਈਕਲ ਆ ਉਹ ਉਹਨਾਂ ਨੂੰ ਬਹੁਤ ਜ਼ਰੂਰੀ ਜਿਹੜੀ ਲੈ ਕੇ ਦੇਣੀ ਚਾਹੀਦੀ ਹੈ ਮੈਂ ਦਾਸ ਨੇ ਇੱਕ ਵਾਰ ਬਲਵਿੰਦਰ ਸਿੰਘ ਪਖੋਕੇ ਹਰਾਂ ਨੂੰ ਜਦੋਂ ਫੋਨ ਤੇ ਦੱਸਿਆ ਕਿ ਸਰਦਾਰ ਜੀ ਇੱਕ ਪਰਿਵਾਰ ਇਹੋ ਜਿਹਾ ਜਿਹਦੇ ਲਈ ਤੁਹਾਡੇ ਹੋਕੇ ਦੀ ਜ਼ਰੂਰਤ ਆ ਤੇ ਮੈਂ ਕਹਿ ਸਕਦਾ ਕਿ ਅੱਗੇ ਵੀ ਗਰੀਬ ਧੀਆ ਜਿਹੜੀਆਂ ਚਾਹੇ ਉਹ ਗਰੀਬ ਧੀਆ ਦਾ ਵਿਆਹ ਹੋਵੇ ਜਾਂ ਕਿਸੇ ਗਰੀਬ ਦਾ ਮਕਾਨ ਬਣਾਣਾ ਹੋਵੇ ਤਾਂ ਇੱਕ ਹੋਕੇ ਤੇ ਉਹ ਪਹੁੰਚਦੇ ਨੇ ਤੇ ਅੱਜ ਦਾਸ ਦੇ ਇੱਕ ਹੋਕੇ ਤੇ ਉਹ ਫਿਰ ਪੁੱਜੇ ਔਰ ਉਹਨਾਂ ਨੇ ਕਿਹਾ ਕਿ ਨਹੀਂ ਇਹ ਕੰਮ ਜਿਹੜਾ ਬਹੁਤ ਜ਼ਰੂਰੀ ਹੈ ਅੱਗੋਂ ਬਰਸਾਤ ਦਾ ਮੌਸਮ ਹੈ ਔਰ ਉਸ ਧੀ ਨੂੰ ਉਸ ਧੀ ਧਿਆਣੀ ਨੂੰ ਜਿਹੜਾ ਏ ਟਰਾਈਸਾਈਕਲ ਆ ਉਹ ਨਵਾਂ ਨਾਲ ਹੀ ਲੈ ਕੇ ਆਏ ਨੇ ਤੁਸੀਂ ਦੇਖ ਸਕਦੇ ਹੋ ਸਾਰਾ ਪਰਿਵਾਰ ਬਹੁਤ ਖੁਸ਼ ਆ ਤੇ ਹੁਣ ਤੁਹਾਡੀ ਗੱਲਬਾਤ ਕਰਵਾਉਣ ਜਾ ਰਿਹਾ ਸਰਦਾਰ ਬਲਵਿੰਦਰ ਸਿੰਘ ਪੱਖੋ ਕੇ ਸਾਹਿਬ ਖਬਰ ਪੰਜਾਬ ਦੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਦਾਸ ਵੱਲੋਂ ਕੋਟ ਕੋਟ ਪ੍ਰਣਾਮ ਤੁਹਾਨੂੰ ਕਿ ਤੁਸੀਂ ਇੱਕ ਹੋਕੇ ਤੇ ਜਿਹੜਾ ਇਸ ਪਰਿਵਾਰ ਦੀ ਮਦਦ ਕਰਨ ਪੁੱਜੇ ਹੋ ਤੇ ਕੀ ਕਹਾਂ ਮਤਲਬ ਇਹ ਤਾਂ ਰੱਬ ਨੂੰ ਲਾਈਟ ਦਿਖਾਣ ਵਾਲੀ ਗੱਲ ਹੋਏਗੀ ਤੁਹਾਡੇ ਬਾਰੇ ਕੁਝ ਸ਼ਬਦ ਕਹਿਣੇ ਤੇ ਮਤਲਬ ਮੈਨੂੰ ਇੱਕ ਗੱਲ ਦੱਸੋ ਕਿ ਸਰਦਾਰ ਜੀ ਇਹ ਜਿਹੜਾ ਹੋਕਾ ਦੇਣਾ ਮਤਲਬ ਕਿਸੇ ਗਰੀਬਾਸੇ ਮਚਲ ਉੱਠਦੇ ਹੋ ਤੁਸੀਂ ਕਿ ਨਹੀਂ ਯਾਰ ਮੈਂ ਰੋਟੀ ਵੀ ਬਾਝ ਖਾਵਾਂਗਾ ਪਹਿਲਾਂ ਇਹ ਗਰੀਬ ਦਾ ਕੰਮ ਕਰਕੇ ਆਵਾਂ ਇਹ ਇਹ ਜਿਹੜੀ ਸੋਚ ਆ ਇਹ ਸਰ ਕਿਸ ਤਰ੍ਹਾਂ ਮਿਲੀ ਇਹ ਸਭ ਤੋਂ ਪਹਿਲਾਂ ਤੇ ਖਬਰ ਪੰਜਾਬ ਦੀ ਚੈਨਲ ਤੇ ਜਿੰਨੇ ਵੀ ਦਰਸ਼ਕ ਨੇ ਆ ਦੀਪਕ ਜੀ ਤੁਹਾਡਾ ਮੈਂ ਬਹੁਤ ਸ਼ੁਕਰਗੁਜ਼ਾਰ ਆ ਸ਼ਾਇਦ ਮੇਰੇ ਵਜਨ ਨਾਲੋਂ ਭਾਰੇ ਮੇਰੇ ਕੱਦ ਨਾਲੋਂ ਬਹੁਤ ਵੱਡੇ ਲਫ਼ਜ਼ ਤੁਸੀਂ ਮੇਰੇ ਲਈ ਵਰਤ ਰਹੇ ਹੋ ਮੈਂ ਤੇ ਸਤਗੁਰੂ ਜੀ ਦਾ ਸੇਵਕ ਆ ਸੰਗਤਾਂ ਦਾ ਝਾੜੂ ਵਰਦਾ ਰਿਆਂ ਤੇ ਪਿਛਲੇ ਕੁਝ ਸਾਲਾਂ ਤੋਂ ਇੱਕ ਚੈਨਲ ਤੇ ਕੰਮ ਕਰਦਿਆਂ ਕਰਦਿਆਂ ਕੋਈ ਸੰਗਤ ਦਾ ਇਸ ਤਰ੍ਹਾਂ ਦਾ ਕਾਫਲਾ ਜੁੜਦਾ ਗਿਆ ਕਿ ਜਿੰਨੇ ਵੀ ਲੋੜਵੰਦ ਪਰਿਵਾਰਾਂ ਦੀ ਦੁਖੀ ਪਰਿਵਾਰਾਂ ਦੀ ਗੱਲ ਜਦੋਂ ਵੀ ਕਿਤੇ ਸੰਗਤ ਨਾਲ ਸਾਂਝੀ ਕੀਤੀ ਆ ਤੇ ਸੰਗਤ ਕੋਲੋਂ ਜੇ 100 ਮੰਗਿਆ ਤਾਂ ਉਹਨਾਂ 1000 ਰੁਪਏ ਦਿੱਤਾ ਤੇ ਇਸ ਪਰਿਵਾਰ ਬਾਰੇ ਦੱਸਿਆ ਜਦੋਂ ਕਿ ਤੁਸੀਂ ਫਿਰ ਮੈਨੂੰ ਇਹ ਦੱਸਿਆ ਕਿ ਇਸ ਪਰਿਵਾਰ ਦਾ 100 ਤੋਂ ਵੱਧ ਪਰਿਵਾਰ ਦੇ ਮੈਂਬਰ ਜਿਹੜੇ ਨੇ ਸਾਰੇ ਗੁਰਸਿੱਖ ਨੇ ਨਿਹੰਗ ਬਾਣੀ ਚ ਨੇ ਦਸਵੇਂ ਪਾਤਸ਼ਾਹ ਦਾ ਬਾਣਾ ਸੰਭਾਲੀ ਬੈਠੇ ਨੇ ਤੇ ਇੱਕ ਮਨ ਦੇ ਵਿੱਚ ਇਹ ਵੀ ਗੱਲ ਆਈ ਪਈ ਜੇ ਇਸ ਪਰਿਵਾਰ ਨੂੰ ਕਿਸੇ ਚੀਜ਼ ਦੀ ਲੋੜ ਆ ਇਹ ਸਾਡੇ ਵੱਡੇ ਭਾਗ ਕਿ ਅਸੀਂ ਇਸ ਤਰ੍ਹਾਂ ਦੇ ਪਰਿਵਾਰ ਦੀ ਕੋਈ ਸੇਵਾ ਕਰ ਸਕੀਏ ਤੇ ਮੈਂ ਸੱਚ ਗੱਲ ਪੁੱਛਦੇ ਹੋ ਦੀਪਕ ਜੀ ਮੈਂ ਤੇ ਰੁਪਇਆ 10 ਵੀ ਨਹੀਂ ਦਿੱਤੇ ਇਹਨਾਂ ਨੂੰ ਇਹ ਤੇ ਸਾਡੀ ਭੈਣ ਗੁਰਸ਼ਰਨ ਕੌਰ ਜੀ ਨੇ ਸਾਨੂੰ ਵਿਦੇਸ਼ ਤੋਂ ਸੇਵਾ ਭੇਜੀ ਤੇ ਉਹਨਾਂ ਕੋਲੋਂ ਇਜਾਜ਼ਤ ਲਈ ਤੇ ਟ੍ਰਾਈਸਾਈਕਲ ਇਹਨਾਂ ਤੱਕ ਪਹੁੰਚ ਗਿਆ ਇੱਥੇ ਆਣ ਕੇ ਕੁਛ ਇਹਨਾਂ ਦੇ ਘਰ ਦੀ ਜ਼ਰੂਰਤ ਹੋਰ ਵੀ ਮਹਿਸੂਸ ਹੋਈ ਆ ਤੇ ਉਹ ਵੀ ਅਸੀਂ ਮੌਕੇ ਤੇ ਇਜਾਜ਼ਤ ਲੈ ਲਈ ਆ ਜਿਸ ਤਰ੍ਹਾਂ ਕਿ ਸਰਦਾਰ ਬਲਵਿੰਦਰ ਸਿੰਘ ਹੋਰੀ ਕਹਿ ਰਹੇ ਨੇ ਦੱਸ ਰਹੇ ਨੇ ਮੇਰਾ ਵੀ ਦੱਸਣਾ ਜ਼ਰੂਰੀ ਹੈ ਕਿ ਦੇਨ ਤਾਂ ਅਸੀਂ ਸਿਰਫ ਟਰਾਈਸਾਈਕਲ ਆਏ ਸੀ ਪਰ ਸਰਦਾਰ ਜੀ ਉਹ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਰੱਬ ਦੇ ਮਨ ਦੇ ਵਿੱਚ ਆ ਜਾਂਦਾ ਨਾ ਕਿ ਨਹੀਂ ਹੁਣ ਜੇ ਆਏ ਆ ਤੇ ਇਹ ਪਰਿਵਾਰ ਦਾ ਉਧਾਰ ਕਰਕੇ ਜਾਈਏ ਉਹਨਾਂ ਨੇ ਦੇਖਿਆ ਕਿ ਯਾਰ ਇਸ ਪਰਿਵਾਰ ਦੇ ਵਿੱਚ ਜਵਾਨ ਧੀਆਂ ਨੇ ਪਰ ਜਵਾਨ ਧੀਆਂ ਦੇ ਇਸ ਘਰ ਦੇ ਵਿੱਚ ਬੜੀ ਮੰਦ ਭਾਗੀ ਗੱਲ ਆ ਕਿ ਇੱਕ ਬਾਥਰੂਮ ਜਿਹੜਾ ਉਹ ਨਹੀਂ ਹੈ ਤੇ ਜਵਾਨ ਧੀਆਂ ਜਿਹੜੀਆਂ ਦੇਰ ਸਵੇਰ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਉਹਨਾਂ ਨੇ ਇਹ ਮਤਲਬ ਇਹ ਮੇਰੇ ਕਹਿਣ ਦੀ ਜਾਂ ਪਰਿਵਾਰ ਦੇ ਕਹਿਣ ਦੀ ਜ਼ਰੂਰਤ ਨਹੀਂ ਮਹਿਸੂਸ ਕੀਤੀ ਉਹਨਾਂ ਨੇ ਵੇਖਦੇ ਆਂ ਉਹ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਕੈਨੇਡਾ 'ਚ ਬੈਠੇ ਜਿਹੜੇ ਭੈਂਜੀ ਗੁਰਸ਼ਰਨ ਕੌਰ ਜੀ ਨੇ ਉਹਨਾਂ ਤੋਂ ਇਜਾਜ਼ਤ ਲਈ ਤੇ ਇਹਨਾਂ ਨੂੰ ਬਾਥਰੂਮ ਵਾਸਤੇ 10000 ਰੁਪਇਆ ਕੈਸ਼ ਜਿਹੜਾ ਉਹ ਵੀ ਦੇ ਕੇ ਚੱਲੇ ਨੇ ਸਰ ਇਸ ਬਾਰੇ ਕੀ ਕਹੋਗੇ ਮੈਂ ਕੀ ਕਹਿਣਾ ਜੀ ਬਸ ਸਤਿਗੁਰੂ ਦੀਆਂ ਮੋਜਾਂ ਨੇ ਤੇ ਆਪਣੇ ਆਪ ਹੀ ਉਸ ਬੱਬ ਬਣਾ ਦਿੰਦੇ ਨੇ ਮੈਂ ਬਹੁਤ ਵਾਰੀ ਗੱਲ ਕੀਤੀ ਹੈ ਕਿ ਕਈ ਵਾਰੀ ਸੋਚਿਆ ਨਹੀਂ ਹੁੰਦਾ ਜਿੰਨਾ ਪਰਿਵਾਰਾਂ ਨੂੰ ਅਸੀਂ ਜਾਣਦੇ ਨਹੀਂ ਹੁੰਦੇ ਪਤਾ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਕਿਦਾਂ ਕਿਰਪਾ ਕਰਕੇ ਉੱਥੋਂ ਤੱਕ ਪਹੁੰਚਾ ਦਿੰਦੇ ਨੇ ਤੇ ਹੁਕਮ ਹੋ ਜਾਂਦਾ ਤੇ ਜੋ ਵੀ ਉਹਨਾਂ ਦੀ ਲੋੜ ਹੋਵੇ ਮੁਸ਼ਕਲ ਹੋਵੇ ਤੇ ਯਥਾ ਸੰਭਵ ਕੋਸ਼ਿਸ਼ ਕਰੀਦੀ ਆ ਕਿ ਉਹਦਾ ਹੱਲ ਹੋ ਜਾਵੇ ਤੇ ਵੈਸੇ ਇਹ ਜਿਹੜਾ ਕੰਮ ਆ ਜਿ ਤਰ੍ਹਾਂ ਬਾਥਰੂਮ ਬਣਾਉਣ ਦੀ ਦੀਪਕ ਜੀ ਤੁਸੀਂ ਗੱਲ ਕੀਤੀ ਆ ਇਹ ਤੇ ਪੰਚਾਇਤਾਂ ਦੀ ਇੱਕ ਪਾਲਿਸੀ ਆ ਗਵਰਨਮੈਂਟ ਦੀ ਪਾਲਿਸੀ ਆ ਘਰ ਘਰ ਫਲਸ਼ ਵਾਸ਼ਰੂਮ ਬਣ ਰਿਹਾ ਪਰ ਪਤਾ ਨਹੀਂ ਇਹ ਪਰਿਵਾਰ ਕਿਉਂ ਵਾਂਝਾ ਰਹਿ ਗਿਆ ਇਸ ਗੱਲ ਤੋਂ ਜੀ ਆ ਕਈ ਵਾਰੀ ਪਾਰਟੀ ਬਾਜ਼ੀ ਦੇ ਮਸਲੇ ਹੁੰਦੇ ਨੇ ਜਾਂ ਕਈ ਵਾਰੀ ਕਈ ਗੱਲਾਂ ਹੋ ਜਾਂਦੀਆਂ ਨੇ ਪਰ ਚਲੋ ਅਸੀਂ ਉਸ ਗੱਲ ਨੂੰ ਨਹੀਂ ਦੇਖਦੇ ਅਸੀਂ ਸਮਝਿਆ ਇਹਨਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਕਿ ਇਮੀਡੀਏਟ ਕੀ ਆ ਅੱਜ ਜਿਹੜੀ ਸੇਵਾ ਸੀ ਇਹਨਾਂ ਨੂੰ ਚੈੱਕ ਦੇ ਜਣਾ 10000 ਰੁਪਏ ਦਾ ਵੀ ਸਵੇਰ ਤੋਂ ਹੀ ਕੰਮ ਸ਼ੁਰੂ ਕਰਵਾਉਣਾ ਕਿਉਂਕਿ ਬਰਸਾਤ ਆ ਰਹੀ ਹੈ ਆ ਗਾ ਫਸਲਾਂ ਵੀ ਲਾਗੋ ਵੱਡੀਆਂ ਜਾਣੀਆਂ ਨੇ ਪੱਕਣ ਕਾ ਪੱਕੀਆਂ ਹੋਈਆਂ ਨੇ ਤੇ ਮੁਸ਼ਕਲ ਹੋ ਜਾਂਦਾ ਲੇਡੀਜ਼ ਦਾ ਬਾਹਰ ਖੇਤਾਂ ਦੇ ਵਿੱਚ ਵੀ ਜਾਣਾ ਕਿਉਂਕਿ ਹੁਣ ਅੱਜ ਕੱਲ ਸਮਾਂ ਵੀ ਨਹੀਂ ਰਿਹਾ ਜੀ ਤੇ ਇਹ ਇੱਕ ਬੜੀ ਵੱਡੀ ਲੋੜ ਸੀਗੀ ਤੇ ਅੱਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਤੇ ਇਸ ਗੁਰਪਸਿੱਖ ਪਰਿਵਾਰ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਬਖਸ਼ਿਆ ਤੇ ਸੇਵਾ ਤੇ ਸਾਰੀ ਭੈਣ ਗੁਰਸ਼ੰਦ ਕੌਰ ਜੀ ਲੈ ਗਏ ਨੇ ਮੈਂ ਤੇ ਬਸ ਕਹਿ ਲੋ ਵੀ ਡਾਕੀਆਂ ਸੰਗਤ ਦਾ ਨਹੀਂ ਸਰ ਤੁਹਾਡੇ ਹੌਕੇ ਚ ਜਿਹੜਾ ਉਹ ਇੰਨਾ ਕੁ ਦਮ ਆ ਕਿ ਸੰਗਤ ਜਿਹੜੀ ਆ ਉਹ ਮਚਲ ਉੱਠਦੀ ਆ ਕਿ ਨਹੀਂ ਸਰਦਾਰ ਬਲਵਿੰਦਰ ਸਿੰਘ ਪਖੋਗੇ ਦਾ ਹੌਕ ਹੈ ਤੇ ਇਹ ਸੱਚਾ ਹੀ ਹੋਏਗਾ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਚਾਹਨਾ ਆਪਣੇ ਦਰਸ਼ਕਾਂ ਨੂੰ ਕਿ ਦਾਸ ਨੂੰ ਕਿਉਂਕਿ ਸਰਦਾਰ ਬਲਵਿੰਦਰ ਸਿੰਘ ਪਖੋ ਕੀ ਜਿਹੜੇ ਨੇ ਉਹ ਦੇਸ਼ਾਂ ਵਿਦੇਸ਼ਾਂ ਦੇ ਮੰਨੇ ਪਰਮਨੇ ਚੈਨਲਸ ਵਾਸਤੇ ਐਂਕਰਿੰਗ ਕਰ ਰਹੇ ਨੇ ਔਰ ਦਾਸ ਨੂੰ ਉਹਨਾਂ ਦੇ ਨਾਲ ਐਜ਼ ਐਡੀਟਰ ਕੰਮ ਕਰਨ ਦਾ ਮੌਕਾ ਮਿਲਿਆ ਔਰ ਬਹੁਤ ਸਾਰੀਆਂ ਸਟੋਰੀਆਂ ਇਕੱਠੀਆਂ ਕੀਤੀਆਂ ਪਰ ਇੱਕ ਸੁਪਨਾ ਉਹਨਾਂ ਦੇ ਮਨ ਦੇ ਵਿੱਚ ਵੀ ਪਲ ਰਿਆ ਸੀ ਘਰ ਕਰ ਗਿਆ ਸੀ ਕਿ ਜਿਸ ਤਰ੍ਹਾਂ ਉਹ ਦੇਖਦੇ ਸੀ ਕਿ ਮੈਂ ਕਈ ਵਾਰ ਅਮਨਦੀਪ ਹਸਪੀਟਲ ਵੀ ਉਹਨਾਂ ਦੇ ਨਾਲ ਗਿਆ ਕਈ ਪੇਸ਼ੈਂਟਸ ਦੀਆਂ ਜਿਹੜੀਆਂ ਉਹ ਪੇਮੈਂਟਸ ਨੇ ਜਿਹੜੇ ਉਹਨਾਂ ਦੇ ਪਰਿਵਾਰ ਨਹੀਂ ਕਰ ਸਕਦੇ ਸੀ ਇਹ ਕਰਦੇ ਰਹੇ ਔਰ ਦਾਸ ਨੇ ਵੀ ਕਈ ਲੋਕਾਂ ਦੀਆਂ ਪੇਮੈਂਟਸ ਜਿਹੜੀਆਂ ਇਹਨਾਂ ਕੋਲ ਕਰਵਾਈਆਂ ਤੇ ਇਹਨਾਂ ਦਾ ਇੱਕ ਸੁਪਨਾ ਹੈ ਕਿ ਮੈਂ ਇੱਕ ਐਸਾ ਹਸਪੀਟਲ ਬਣਾਵਾ ਪੰਜਾਬ ਦੇ ਵਿੱਚ ਇੱਕ ਐਸਾ ਹਸਪੀਟਲ ਗਰੀਬਾਂ ਵਾਸਤੇ ਬਣਾਵਾ ਜਿਹਦੇ ਵਿੱਚ ਕੋਈ ਕੈਸ਼ ਕਾਊਂਟਰ ਹੀ ਨਾ ਹੋਵੇ ਬਾਕੀ ਐਕਸਪਲੇਨ ਜਿਹੜਾ ਸਰਦਾਰ ਬਲਵਿੰਦਰ ਸਿੰਘ ਪੱਖੋ ਘੋਰੀ ਕਰਨਗੇ ਅ ਬਿਲਕੁਲ ਜੀ ਕਿਉਂਕਿ ਰੋਜ਼ ਦੀਪਕ ਜੀ ਅਸੀਂ ਵੇਖਦੇ ਆ ਜੀ ਕਿ ਸਾਡੇ ਮੈਡੀਕਲ ਸਹੂਲਤਾਂ ਜਿਹੜੀਆਂ ਨੇ ਨਾ ਵਿਸ਼ੇਸ਼ ਸਰਕਾਰੀ ਹਸਪਤਾਲ ਹੈਗੇ ਨੇ ਪਰ ਉਹ ਨਾ ਮਾਤਰ ਦੇ ਰਹਿ ਗਿਆ ਜੀ ਤੇ ਪ੍ਰਾਈਵੇਟ ਹਸਪਤਾਲ ਜਿਹੜੇ ਨੇ ਆਮ ਸਧਾਰਨ ਲੋਕਾਂ ਦੀ ਰੇਂਜ ਤੋਂ ਬਾਹਰ ਨਿਕਲ ਗਏ ਕਿਉਂਕਿ ਇਲਾਜ ਲੱਖਾਂ ਚ ਆ ਤੇ ਜਿੱਥੇ ਅੱਜ ਦੀ ਰੇਟ ਦੇ ਵਿੱਚ ਜੋ ਹਾਲਾਤ ਬਣੇ ਪਏ ਨੇ ਵੀ ਰੋਜ਼ ਦੇ ਰੋਟੀ ਪਾਣੀ ਆਪਣਾ ਪਰਿਵਾਰ ਪਾਲਣਾ ਔਖਾ ਹੋ ਗਿਆ ਉੱਥੇ ਲੱਖਾਂ ਦਾ ਇਲਾਜ ਜਿਹੜਾ ਕਰਾਉਣਾ ਇਹਨਾਂ ਲੋਕਾਂ ਲਈ ਬੜਾ ਮੁਸ਼ਕਲ ਆ ਤੇ ਇਹ ਸੁਪਨਾ ਸਤਗੁਰੂ ਜੀ ਦੀ ਕਿਰਪਾ ਨਾਲ ਪੂਰਾ ਇੱਕ ਦਿਨ ਜਰੂਰ ਹੋਏਗਾ ਕਿ ਹਸਪਤਾਲ ਬਣੇਗਾ ਜੀ ਇੱਕ ਪਰ ਉਥੇ ਕੋਈ ਇਹ ਨਹੀਂ ਕਹੇਗਾ ਕਿ ਪਹਿਲਾ ਹੌਸ ਕਾਊਂਟਰ ਤੇ ਜਾ ਕੇ ਇਨੇ ਲੱਖ ਜਮਾ ਕਰ ਦੇ। ਯਾਰ ਜਕਰ ਕਰ ਜਮਾ ਬਿਹਾਰ ਹੋ ਜਾਵੇ। ਸਤਿ ਸ਼੍ਰੀ ਅਕਾਲ। ਹਟਕਾਰਾ ਪੜਾਵੇ ਪਤੇ ਪਾਉਣ ਆਉਣ ਉਹ ਇਹੋ ਕੇ ਮਰਨੂ ਪਾਵੇ। ਪ੍ਰਮਾਣ ਹੋ ਗਿਆ ਸਰਦਾਰ ਜੀ ਪ੍ਰਮਾਣ ਹੋ ਗਿਆ। ਬਹੁਤ ਧੰਨਵਾਦ ਜੀ ਬਾਕੀ ਇਹ ਕਰਨਾ ਸਤਿਗੁਰੂ ਜੀ ਨੇ ਪਤਾ ਨਹੀਂ ਕਿੰਨਾ ਗੁਰਮਖਾਂ ਪਿਆਰਿਆਂ ਦੀ ਕਿਰਪਾ ਕਰਕੇ ਸੇਵਾ ਲੈ ਲੈਣੀ ਆ ਜੀ ਬਹੁਤ ਸਾਰੇ ਨੇ ਦੁਨੀਆ ਦੇ ਵਿੱਚ ਵੱਸਦੇ ਕਰੋੜਾਪਤੀ ਅਰਬਾਪਤੀ ਲੋਕ ਨੇ ਪਰ ਕੁਝ ਖਾਸ ਖੁਸ਼ਕਿਸਮਤ ਲੋਕ ਨੇ ਦੀਪਕ ਜੀ ਜਿਨ੍ਹਾਂ ਤੇ ਸਤਿਗੁਰੂ ਜੀ ਕਿਰਪਾ ਕਰਕੇ ਆਪ ਸੇਵਾ ਲੈ ਲਿੰਦੇ ਆ ਜੀ ਇਹ ਗੱਲ ਸਿਰਫ ਇਹ ਨਹੀਂ ਹੁੰਦੀ ਕਿ ਕੋਈ ਬੜਾ ਵੱਡਾ ਮਾਲਦਾਰ ਬੰਦਾ ਕੋਈ ਅਮੀਰ ਬੰਦਾ ਤੇ ਉਹੀ ਸੇਵਾ ਕਰ ਸਕਦਾ ਮੈਂ ਕਹਿੰਨਾ ਕਿ ਆਪਣੀ ਕਮਾਈ ਦੇ ਵਿੱਚੋਂ ਕੋਈ 10 ਰੁਪਏ ਵੀ ਕਿਸੇ ਦੇ ਗਰੀਬ ਦੇ ਲਈ ਮਦਦ ਕਰਦਾ ਜਾਂ ਉਹਦੇ ਵਿੱਚ ਹਿੱਸਾ ਪਾਉਂਦਾ ਤੇ ਅਸੀਂ ਉਹਨਾਂ ਨੂੰ ਵੀ ਉਹਨਾਂ ਹੀ ਪ੍ਰਣਾਮ ਕਰਦੇ ਹਾਂ ਸਾਡਾ ਉਹਨਾਂ ਨੂੰ ਵੀ ਸਲੂਟ ਹੈ ਜੀ ਸਰਦਾਰ ਜੀ ਖਬਰ ਪੰਜਾਬ ਜੀ ਵੱਲੋਂ ਜਿਹੜਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇੰਨੀਆਂ ਗੱਲਾਂ ਕੀਤੀਆਂ ਬਹੁਤ ਬਹੁਤ ਕੋਟ ਕੋਟ ਧੰਨਵਾਦ ਹੈ ਤੁਹਾਡਾ ਕਿ ਦਾਸ ਦੇ ਇਸ ਚੈਨਲ ਲਈ ਤੁਸੀਂ ਸਮਾਂ ਕੱਢਿਆ ਤੇ ਹੁਣ ਭੈਣ ਜੀ ਨਾਲ ਥੋੜੀ ਜੀ ਗੱਲਬਾਤ ਕਰਦੇ ਹਾਂ ਭੈਣ ਜੀ ਤੁਹਾਨੂੰ ਇਹ ਪ੍ਰੋਬਲਮਸ ਆ ਰਹੀਆਂ ਸੀ ਕਿ ਤੁਸੀਂ ਬਾਥਰੂਮ ਲਈ ਵੀ ਬਾਹਰ ਨਹੀਂ ਜਾ ਸਕਦੇ ਸੀ ਤੇ ਕੀ ਕਹਿਣਾ ਚਾਹੋਗੇ ਹਾਂਜੀ ਵੈਗਰ ਜੀ ਦਾ ਹਸਾ ਵੈਗਰ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਰੀ ਜੀ ਭਾਰੀ ਦੀਪਕ ਜੀ ਤੇ ਭਾਰੀ ਬਲਵਿੰਦਰ ਸਿੰਘ ਪਖੋਕੇ ਵਾਲੇ ਜੀ ਜਿਨੇ ਮੇਰੇ ਨਾਲ ਸਾਥ ਦਿੱਤਾ ਵਾ ਬਾਈ ਮੈਂ ਗੱਡੀ ਵਾਰੇ ਇਹਨਾਂ ਦਾ ਬਹੁਤ ਸਰਕਾਰ ਬਹੁਤ ਬੜੀਆਂ ਬੜੀਆਂ ਉਮਰਾ ਕਰਨੀਆਂ ਵਾ ਸੱਚੀ ਪਾਸ਼ਾ ਕਿਰਪਾ ਕਰਨੀਆਂ ਮੇਰੇ ਅਜੇ ਦਿਨਾਂ ਸੀ ਤਾਂ ਮੇਰੇ ਕਿਸੇ ਨੇ ਪਰਸਨ ਨਹੀਂ ਲਾਈ ਪਰਸਨ ਨਹੀਂ ਲਾਈ ਇਹ ਮੈਨੂੰ ਗੱਡੀ ਵਾਸਤੇ ਬਹੁਤ ਖੁਸ਼ੀ ਹੋਈ ਜਿਹੜੀ ਇਹਨਾਂ ਭਾਰੀ ਦੀਪਕ ਹੁਣਾਂ ਨੇ ਮੈਨੂੰ ਗੱਲਬਾਤ ਇਹਨਾਂ ਦਾ ਭਾਜੀ ਹੁਣਾਂ ਨੇ ਕਰਵਾ ਕੇ ਪਖੋਕੇ ਵਾਲਿਆਂ ਨਾਲ ਤੇ ਮੇਰੇ ਗੱਡੀ ਦਵਾ ਦਿੱਤੀ ਆ ਮੈਨੂੰ ਬਹੁਤ ਬਹੁਤ ਧੰਨਵਾਦ ਹੈ ਇਹ ਇਹ ਭੈਣ ਜੀ ਜਿਹੜੀ ਇਹ ਸਾਰੀ ਸੇਵਾ ਹੈ ਇਹ ਜਿਹੜਾ ਹੱਕ ਹੈ ਇਹ ਬੇਸ਼ੱਕ ਸਰਦਾਰ ਬਲਵਿੰਦਰ ਸਿੰਘ ਪੱਖੋ ਕੇ ਹੋਰਾਂ ਵੱਲੋਂ ਆਇਆ ਪਰ ਜਿਹੜੀ ਇਹ ਸੇਵਾ ਹੈ ਇਹ ਕੈਨੇਡਾ ਤੋਂ ਭੈਣ ਜੀ ਗੁਰਸ਼ਰਨ ਕੌਰ ਜੀ ਹੋਰੀ ਉਹਨਾਂ ਵੱਲੋਂ ਇਹ ਸੇਵਾ ਤੁਹਾਡੇ ਲਈ ਆਈ ਹੈ ਬੇਸ਼ੱਕ ਉਹਨਾਂ ਦੇ ਹੋਕੇ ਤੋਂ ਆਈ ਹੈ ਲੇਕਿਨ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਵੀ ਬੰਦਾ ਭੈਣ ਜੀ ਗੁਰਸ਼ਰਨ ਕੌਰ ਹੋਰਾਂ ਦਾ ਧੰਨਵਾਦ ਕਰੋ ਕੈਨੇਡਾ ਵਾਲਿਆਂ ਦਾ ਦੇ ਭਾਂਜੀ ਗੁਰਸ਼ਰਨ ਕੌਰ ਧੰਨਵਾਦ ਧੰਨਵਾਦ ਬਹੁਤ ਕੈਨੇਡਾ ਵਾਲੇ ਆਂ ਬਹੁਤ ਧੰਨਵਾਦ ਹਾਂਜੀ ਬਾਬਾ ਜੀ ਕੀ ਮਹਿਸੂਸ ਕਰ ਰਹੇ ਤੁਸੀਂ ਬਾਬਾ ਸੰਤੋਖ ਸਿੰਘ ਪੱਟੀ ਨਾਲ ਤੁਹਾਡੀ ਗੱਲ ਕਰਵਾਉਣਾ ਜਾ ਰਹੇ ਆਂ ਬਾਬਾ ਜੀ ਅੱਜ ਦਾਸ ਬਲਵਿੰਦਰ ਸਿੰਘ ਪੱਖੋ ਕੇ ਜਿਹੜੇ ਕੀ ਗੁਰਨਾਨਕ ਲੰਗਰ ਸੇਵਾ ਸੁਸਾਇਟੀ ਕੈਨੇਡਾ ਉਹਨਾਂ ਦੇ ਆਲ ਇਹ ਨਾਲ ਨੇ ਇੰਡੀਆ ਦੇ ਵਿੱਚ ਮੁੱਖ ਸੇਵਕ ਨੇ ਮੁੱਖ ਸੇਵਾਦਾਰ ਨੇ ਉਹਨਾਂ ਦੇ ਇਸ ਹੋਕੇ ਸਦਕਾ ਇਹ ਤੁਹਾਡਾ ਜਿਹੜਾ ਟਰਾਈਸਾਈਕਲ ਦਾ ਜਿਹੜਾ ਕੰਮ ਹੈ ਉਹ ਵੀ ਹੋਇਆ ਔਰ ਘਰ 'ਚ ਜਿਹੜਾ ਬਾਥਰੂਮ ਨਹੀਂ ਸੀ ਉਹ ਬਣਾਉਣ ਵਾਸਤੇ ਵੀ ਦਾਸ ਬਲਵਿੰਦਰ ਸਿੰਘ ਪੱਖੋ ਕੇ ਜਿਹੜੇ ਗੁਰਨਾਨਕ ਲੰਗਰ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਨੇ ਉਹਨਾਂ ਨੇ ਤੁਹਾਨੂੰ ਜਿਹੜਾ ਮਾਇਆ ਉਹ ਮੁਹੱਈਆ ਕਰਾਈ ਹੈ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਇਹਨਾਂ ਦੇ ਮਹਾਰਾਜ ਧੰਨਵਾਦ ਆ ਸ਼ੁਕਰ ਕਰਦੇ ਜਿਹੜੇ ਸਾਡੇ ਨਿੱਕੇ ਨਿੱਕੇ ਬੱਚੇ ਇਹ ਇਹ ਨਹੀਂ ਬਾਹਰ ਜਾ ਸਕਦੇ ਇਨਾ ਪੱਖੋਗਾਂ ਦਾ ਬੀਬੀ ਗਰਚਰਨ ਕੋਰ ਦਾ ਬਹੁਤ ਭੈਣ ਦਾ ਬੜਾ ਬੜਾ ਧੰਨਵਾਦ ਕਰਦੇ ਆ ਜੀ ਕੈਨੇਡਾ ਕੈਨੇਡਾ ਵਾਲਿਆਂ ਦੇ ਤੇ ਤੁਹਾਡੀ ਕਿਰਪਾ ਮਹਾਰਾਜ ਸਾਰਿਆਂ ਦੀ ਤੇ ਮਾਰਾ ਕਿਰਪਾ ਕਰੇ ਇੰਨਾ ਦੇ ਘੋੜੇ ਸਾਜ ਰਾਜ ਸਭ ਅਸੀਂ ਇੰਨਾ ਦੇ ਸਾਹਮਣੇ ਆ ਭੈਣ ਗਰਚਰਨ ਕੋਰ ਦੇ ਸਭ ਦਲਪੰਥੀ ਸਭ ਉਹਨਾਂ ਦਾ ਹੀ ਮਾਰਾ ਅਸੀਂ ਇਹ ਇੰਨਾ ਦੇ ਨਾਲ ਅਸੀਂ ਸਾਰੇ ਨਾਲ ਅਸੀਂ ਰਲ ਕੇ ਕਦਮ ਨਾਲ ਕਦਮ ਰਲ ਕੇ ਤੁਰਨ ਵਾਲੇ ਆ ਗਰੀਬੀ ਦਾਵੇ ਚ ਵੀ ਸੋ ਇਹ ਮੁਲਾਕਾਤ ਸੀ ਸਰਦਾਰ ਬਲਵਿੰਦਰ ਸਿੰਘ ਪੱਖੋਕੇ ਹੋਰਾਂ ਨਾਲ ਜਿਹੜੇ ਕੀ ਅਜਨਾਲੇ ਦੇ ਪਿੰਡ شیخ ਪੱਟੀ ਵਿਖੇ ਪੁੱਜੇ ਸੀ ਕੁਝ ਗਰੀਬ ਪਰਿਵਾਰਾਂ ਦੀ ਮਦਦ ਲਈ ਤੇ ਬਣੇ ਰਹੋ ਖਬਰ ਪੰਜਾਬ ਦੀ ਨਾਲ ਇਸੇ ਤਰ੍ਹਾਂ ਕੁਝ ਹੋਰ ਜੜੀਆਂ ਸ਼ਕਤੀਤਾ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਸਰਦਾਰ ਬਲਵਿੰਦਰ ਸਿੰਘ ਪੱਖੋਕੇ ਹੋਰਾਂ ਦੇ ਨਾਲ ਸਰਦਾਰ ਹਰਜੀਤ ਸਿੰਘ ਜੀ ਵੀ ਪੁੱਜੇ ਨੇ ਵਿਸ਼ੇਸ਼ ਸਨਮਾਨ ਹੈ ਉਹਨਾਂ ਦਾ ਇਸ ਪਰਿਵਾਰ ਦੇ ਵਿੱਚ ਸਰ ਤੁਸੀਂ ਕੀ ਕਹਿਣਾ ਚਾਹੋਗੇ ਸਰਦਾਰ ਬਲਵਿੰਦਰ ਸਿੰਘ ਪੱਖੋ ਘੋਰਾ ਬਾਰੇ ਵੇਖੋ ਜੀ ਪੱਖੋ ਜੀ ਕਿ ਹੁਣ ਹੀ ਅੱਜ ਨਹੀਂ ਆ ਅਜ ਤੋਂ 7 ਸਾਲ ਪਹਿਲਾਂ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ ਇਹਦੇ ਵਿੱਚ ਇਹਨਾਂ ਨੇ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕੀਤੀ ਆ ਜੀ ਜੇ ਇਹ ਕੰਮ ਇਹਨਾਂ ਨੇ 10 ਗਰੀ ਪਰਿਵਾਰਾਂ ਦਾ ਕਿੱਸਾ ਸੀ ਅਗਲੇ ਸਾਲ ਇਹ 100 ਤੱਕ ਪਹੁੰਚੇ ਨੇ ਹੁਣ ਮੇਰੇ ਖਿਆਲ ਦੇ ਨਾਲ ਹਜ਼ਾਰਾਂ ਹੀ ਪਰਿਵਾਰ ਨੇ ਜਿੰਨਾ ਤੱਕ ਇਹ ਪਹੁੰਚ ਕਰ ਰਹੇ ਨੇ ਕੋਰ ਕਰ ਚੁਕੇ ਨੇ ਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਸਤਿਗੁਰੂ ਕਿਰਪਾ ਕਰੇ ਪਰ ਜਿਹੜਾ ਆਸ ਪਰਿਵਾਰ ਦੀ ਸੇਵਾ ਇਹਨਾਂ ਕੀਤੀ ਆ ਇਹ ਤੇ ਸਾਡੇ ਵਾਸਤੇ ਉਹ ਵੱਡੇ ਵੱਡੇ ਭਾਗ ਨੇ ਸਾਡੇ ਕਿ ਅਸੀਂ ਆਪਣੇ ਪੰਥ ਦੇ ਬੱਚਿਆਂ ਦੇ ਕੰਮ ਆਏ ਆ ਵੇਖੋ ਇਹ ਜਿਹੜਾ ਰੰਗਰੇਟਾ ਦਾ ਲਿਆ ਇਹ ਸਰਪ੍ਰਸਤ ਪ੍ਰਵਾਨਤ ਸੰਸਥਾ ਵਾ ਸਾਡੇ ਸਮਾਜ ਦੀ ਜਿਹਨੂੰ ਗੁਰੂ ਸਾਹਿਬ ਨੇ ਦਸਵੇਂ ਪਾਤਸ਼ਾਹ ਨੇ ਰੰਗਰੇਟਾ ਗੁਰੂ ਕਾ ਬੇਟੇ ਦਾ ਖਿਤਾਬ ਦਿੱਤਾ ਵਾ ਇਹਨਾਂ ਨੇ ਮੈਂ ਅਸੀਂ ਦਿੱਲੀ ਸਿੰਘੂ ਬਾਰਡਰ ਤੇ ਕਾਫੀ ਸਮਾਂ ਅਸੀਂ ਨਹੀਂ ਰਹੇ ਆ ਉੱਥੇ ਵੇਖਿਆ ਵਾ ਇਹ ਸਾਰੀ ਸੰਗਤ ਤੋਂ ਪਹਿਲਾਂ ਅਸੀਂ ਪਹਿਲਾਂ ਪਹੁੰਚੇ ਸੀ ਬਾਅਦ ਚ ਜਦੋਂ ਇਹ ਫੌਜਾਂ ਗਈਆਂ ਨੇ ਇਹਨਾਂ ਵੇਖੋ ਆਖੇ ਇਹਨਾਂ ਦਾ ਜਜ਼ਬਾ ਵੇਖੋ ਤੁਸੀਂ ਸਭ ਪਿੱਛੇ ਬਈ ਅਸੀਂ ਤੁਹਾਡੇ ਤੋਂ ਅੱਗੇ ਜੇ ਗੋਲੀ ਕੋਈ ਆਇਆ ਕੀ ਜੇ ਪੁਲਿਸ ਕੋਈ ਵੀ ਕਾਇ ਸਭ ਪਹਿਲਾਂ ਅਟੈਕ ਸਾਡਾ ਸਾਡੇ ਤੋਂ ਹੈਗਾ ਫਿਰ ਤੁਹਾਡੇ ਤੋਂ ਕੋਈ ਪਹੁੰਚੇਗਾ ਇਹ ਬੜੀ ਵੱਡੀ ਗੱਲ ਆ ਇਹਨਾਂ ਦੀ ਜਜ਼ਬਾਤਾਂ ਨੂੰ ਸਲਾਮ ਮੈਂ ਸਤਿਗੁਰੂ ਘਰ ਦੀ ਕਿਰਪਾ ਕਰਾਂਗਾ ਇਹਨਾਂ ਐ ਵੀ ਵੀਰ ਸਾਡੇ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਕਰਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਮਾਜ ਲਈ ਸਾਡੇ ਦੇਸ਼ ਲਈ ਚਾਨਣ ਮੁਨਾਰਾ ਬਣ ਇੰਨੀਆਂ ਗੱਲਾਂ ਦਾ ਮੈਂ ਖਿਮਾ ਦਾ ਜੱਜ ਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲੋ ਜੀ ਹੁਣ ਜਕਾਰੇ ਨਾਲ ਆਪਣਾ ਫਤਿਹ ਬਲਾ ਕੇ ਆਪਾਂ ਇਜਾਜ਼ਤ ਲਾਂਗੇ ਬਾਬਾ ਜੀ ਫਤਿਹ ਬਲਾਓ ਜੀ ਸਰਦਾਰ ਬਲਵੰਦਰ ਸਿੰਘ ਪੱਖੋ ਘੇਰਾਂ ਦੇ ਨਾਮ ਜੀ ਖੁਜਕਾਰਾ ਬਲਾਵੇ ਫੜੇ ਪਾਵੇ ਹਾਲੋ ਜਾਵੇ ਗੁਰੂ ਗ੍ਰੰਥ ਪੰਥ ਦੇ ਮਨ ਨੂੰ ਪਾਵੇ ਸਰਦਾਰ ਬਲਵਿੰਦਰ ਸਿੰਘ ਪੱਖੋ ਦੇ ਮਨ ਨੂੰ ਪਾਵੇ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ